ਅੱਜ ਕੱਲ ਤੁਸੀਂ ਦੇਖ ਰਹੇ ਹੋ nde ਨਿਸ ਪੰਜਾਬ ਮੈਂ ਅਸੀ ਮਿਤਾਲੇ ਵਾਲਾ ਲੈ ਕੇ ਹਾਜ਼ਰ ਹਾਂ ਤੁਹਾਡੇ ਲਿਬਰਲ ਬੁਲੇਟਿਨ ਦਾ ਆਗਾਜ਼ ਕਰਾਂਗੇ ਕੁਝ ਚੋਣਵੀਂ ਆਤੇ ਨਵੀਆਂ ਤਾਜ਼ਾ ਖਬਰਾਂ ਦੇ ਨਾਲ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਸੱਤਾ ਚੋਣ ਤੋਂ ਬਾਅਦ ਰੇਤ ਦੇ ਕਾਲੇ ਬਾਜ਼ਾਰੀ ਨੂੰ ਖਤਮ ਕਰਨ ਦੇ ਲਈ ਬੰਦ ਕੀਤਾ ਗਿਆ ਉੱਥੇ ਹੀ ਰੇਤ ਦਾ ਕੰਮ ਹੁਣ ਬੰਦ ਹੋਣ ਦੇ ਕਾਰਨ ਇਲਾਕੇ ਦੇ ਵਿੱਚ ਇਮਾਰਤਾਂ ਬਣਾਉਣ ਵਾਲੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਕੰਮ ਬੰਦ ਹੋਣ ਦੇ ਨਾਲ ਉਹਨਾਂ ਨੂੰ ਮੋਟੀ ਰਕਮ ਖਰਚ ਬਾਜ਼ਾਰਤ ਵਿੱਚੋਂ ਰੇਤ ਖਰੀਦਣੀ ਪੈ ਰਹੀ ਹੈ ਜਿਸ ਦੇ ਨਾਲ ਉਹਨਾਂ ਦੀ ਜ਼ੇਬ ਤੇ ਭਾਰੀ ਬੋਝ ਪੈ ਰਿਹਾ ਹੈ। ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਗਜੀਤ ਸਿੰਘ ਦਰਸ਼ਕੋ ਤੁਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਤੇ ਆਉਂਦਿਆਂ ਹੀ ਸਰਕਾਰ ਵੱਲੋਂ ਇੱਕ ਵਾਅਦੇ ਕੀਤੇ ਗਏ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਗਈਆਂ ਤੇ ਨਾਲ ਇਹ ਵੀ ਗੱਲ ਕੀਤੀ ਗਈ ਕਿ ਜਿਹੜੀ ਚੋਰ ਬਜਾਰੀ ਆ ਉਹ ਬੰਦ ਕੀਤੀ ਜਾਊਗੀ ਜਿਹੜੀ ਕਰਪਸ਼ਨ ਆ ਉਹ ਬਿਲਕੁਲ ਪੂਰਨ ਤੌਰ ਤੇ ਪੰਜਾਬ ਵਿੱਚ ਬੰਦ ਕੀਤੀ ਜਾਊਗੀ ਪੰਜਾਬ ਨੂੰ ਜਿਹੜਾ ਹਰਿਆ ਭਰਿਆ ਪੰਜਾਬ ਜਿਹੜਾ ਬਣਾਇਆ ਚਾਹੂਗਾ ਉਸ ਦੇ ਚੱਲਦੇ ਆਂ ਸਰਕਾਰ ਨੇ ਆਉਂਦੇ ਆਂ ਪਹਿਲਾ ਕਦਮ ਚੁੱਕਿਆ ਕਿਤੇ ਜਿਹੜੀ ਚਿੱਟੀ ਰੇਤਾ ਦਾ ਕਾਲਾ ਬਾਜ਼ਾਰ ਚੱਲ ਰਿਹਾ ਸੀ ਉਸ ਨੂੰ ਬੰਦ ਕਰ ਦਿੱਤਾ ਤੇ ਰੇਤਾ ਦੀਆਂ ਨਵੀਆਂ ਪਾਲਿਸੀਆਂ ਬਣਾਉਣ ਦੇ ਯਤਨ ਕਰਦਿਆਂ ਸ਼ੁਰੂ ਕਰ ਦਿੱਤੇ ਪਰ ਉਸ ਦੇ ਨਾਲ ਚੱਲਦੇ ਆਂ ਜਦੋਂ ਰੇਤਾ ਬੰਦ ਹੋਈ ਤੇ ਹਾਈ ਕੋਰਟ ਵੱਲੋਂ ਵੀ ਜਿਹੜੀ ਆ ਰੇਤਾ ਉੱਤੇ ਜਿਹੜੀ ਪੁਡੀਸ਼ਨ ਜਾਰੀ ਕਰ ਦਿੱਤਾ ਕਿ ਰੇਤਾ ਵੀ ਜਿਹੜੀ ਫੌਰਨ ਤੌਰ ਤੇ ਬੰਦ ਕਰ ਦਿੱਤੀ ਗਈ ਆ ਪਰ ਉਸ ਦੇ ਨਾਲ ਚੱਲਦੇ ਆ ਮਜ਼ਦੂਰਾਂ ਦਾ ਕੀ ਹਾਲ ਆ ਕਿਉਂਕਿ ਲੋਕ ਜਿਹੜੇ ਨੇ ਮਜ਼ਦੂਰ ਨੇ ਮਿਸਤਰੀ ਨੇ ਉਹ ਸੜਕਾਂ ਤੇ ਆਣ ਕੇ ਬੈਠ ਜਾਂਦੇ ਨੇ ਕੰਮ ਵਾਸਤੇ ਪਰ ਲੋਕ ਉਹਨਾਂ ਨੂੰ ਖੜ੍ਹ ਨਹੀਂ ਰਹਿ ਕਿਉਂਕਿ ਜਿਹੜੀ ਰੇਤ ਸੀਗੀ ਉਹ ਅੱਜ ਸੋਨੇ ਦੇ ਭਾਜ ਵਿੱਚ ਰਹੀ ਆ ਰੇਤਾ ਦਾ ਜਿਹੜਾ ਬਾਜ਼ਾਰਾਂ ਦੇ ਵਿੱਚ ਆ ਚੰਗੇ ਵੱਡੇ ਰੇਟਾਂ ਤੇ ਮਿਲ ਰਹੀ ਆ ਤੇ ਚੰਗੀ ਲੁੱਟ ਖਸੋਟ ਹੋ ਰਹੀ ਆ ਉਸ ਦੇ ਨਾਲ ਲੋਕਾਂ ਦਾ ਕੀ ਕਹਿਣਾ ਆ ਸਾਡੇ ਨਾਲ ਮਜ਼ਦੂਰ ਵੀ ਮੌਜੂਦ ਨੇ ਮਿਸਤਰੀ ਵੀ ਮੌਜੂਦ ਨੇ ਹਾਂਜੀ ਵੀਰ ਜੀ ਕੀ ਨਾਮ ਆਪਣਾ ਜੀ ਗਲਬੀਰ ਸਿੰਘ ਦਾਦਾ ਕੰਮ ਲੇਵਰ ਦਾ ਜੀ ਹਾਂ ਜੀ ਕੀ ਮੁਸ਼ਕਲ ਆ ਰਹੀ ਹੈ ਜੀ ਇੱਥੇ ਖੜੇ ਹੋ ਰੇਤ ਦੀ ਬਹੁਤ ਜ਼ਿਆਦੀ ਮੁਸ਼ਕਲ ਆ ਰਹੀ ਹੈ ਹਾਂ ਜੀ ਚਾਰ ਪੰਜ ਮਹੀਨੇ ਹੋ ਗਏ ਵੇਲੇ ਨਹੀਂ ਅੱਛਾ ਹਾਂ ਜੀ ਫੇਰ ਤੁਰ ਕੇ ਚਲ ਜਾਨੇ ਰੋ ਜੀ ਕੀ ਮੁਸ਼ਕਲ ਆ ਰਹੀ ਹੈ ਜੀ ਰੇਤ ਦਾ ਕੋਈ ਚੱਲੂਗਾ ਕੰਮ ਤੇ ਫੇਰ ਹੀ ਆ ਜੀ ਰੋਟੀ ਦਾ ਸੰਚਲਨ ਫੇਰ ਹੀ ਚੱਲਣਾ ਜੀ ਹਾਂ ਜੀ ਕਿੰਨੀ ਕੀ ਪਰੇਸ਼ਾਨੀ ਆ ਰੇਤਾ ਨਹੀਂ ਚਲਦੀ ਤਾਂ ਬਹੁਤ ਜ਼ਿਆਦੀ ਜੀ ਹਾਂ ਜੀ ਕੀ ਸਰਕਾਰ ਨੂੰ ਕਹਿਣਾ ਚਾਹੁੰਦੇ ਜੀ ਸਰਕਾਰ ਨੂੰ ਇਹੋ ਆਨੇ ਆ ਵੀ ਚਲੋ ਰੇਤ ਦਾ ਕੰਮ ਚੱਲੇ ਤੇ ਚਲੋ ਰੋਟੀ ਦਾ ਕੋਈ ਸੰਚਲਨ ਬਣ ਜੇ ਅੱਛਾ ਜੀ ਤੁਸੀਂ ਦੇਖ ਰਹੇ ਹੋ ਕਿ ਕਾਜ਼ੇਮ ਮਜ਼ਦੂਰ ਨੇ ਸੜਨਾ ਇਥੇ ਮਿਸਤਰੀ ਵੀ ਮੌਜੂਦ ਨੇ ਹਾਂਜੀ ਵੀਰ ਜੀ ਕੀ ਨਾਂ ਹੈ ਆਪਣਾ ਜੀ ਮੇਰਾ ਸਰਜੀ ਸਿੰਘ ਜੀ ਹਾਂ ਕੀ ਕੰਮ ਕਰਦੇ ਹੋ ਜੀ ਮਿਸਤਰੀਆ ਵੀਰ ਜੀ ਅੱਛਾ ਜੀ ਕੀ ਗੱਲ ਹੈ ਚੌਂਕ 'ਚ ਖੜੇ ਹੋ ਕੀ ਕੰਮ ਨਹੀਂ ਮਿਲ ਨਹੀਂ ਰਿਹਾ ਜੀ ਕੰਮ ਨਹੀਂ ਮਿਲ ਰਿਹਾ ਰੇਤ ਕਰਕੇ ਕੰਮ ਬੰਦ ਜੇ ਤੇ ਬਹੁਤ ਮੰਦਾ ਹਾਲ ਹੈ ਕੰਮ ਦੇਖੋ ਸਾਰੇ ਮਜ਼ਦੂਰ ਮਿਸਤਰੀ ਸਾਰੇ ਵੇਲੇ ਜੀ ਅੱਛਾ ਜੀ ਹਾਂਜੀ ਕੀ ਮੁਸ਼ਕਲ ਆ ਰਹੀ ਹੈ ਜੀ ਮੇਨ ਜਿਹੜੀ ਆ ਮੇਨ ਇਹੋ ਰੇਤ ਕਰਕੇ ਕੰਮ ਨਹੀਂ ਚੱਲ ਰਿਹਾ ਸਾਰੇ ਵੇਲੇ ਬੈਠੇ ਆ ਬਾਜ਼ਾਰ 'ਚੋਂ ਮਿਲਦੀ ਰੇਤ ਮਹਿੰਗੀ ਮਿਲਦੀ ਆ ਕੋਈ ਕੰਮ ਨਹੀਂ ਚਲਾ ਰ ਇੱਕ ਗੱਲ ਕਰੀਏ ਘਰਾਂ ਦਾ ਕੰਮ ਚਲਾਉਣੇ ਕਿੱਦਾਂ ਹੋਏ ਆ ਕਿਉਂਕਿ ਇੱਕ ਜਿਹੜਾ ਮਿਸਤਰੀ ਹੁੰਦਾ ਉਹਨੇ ਉਹ ਹੀ ਕਮਾਉਣਾ ਤੇ ਉਹ ਹੀ ਖਾਣਾ ਹੁੰਦਾ ਕਿੰਨੀ ਕੁ ਮੁਸ਼ਕਲ ਆ ਰਹੀ ਆ ਬਹੁਤ ਜ਼ਿਆਦਾ ਮੁਸ਼ਕਲ ਵੀਰ ਜੀ ਬੜਾ ਮੰਦਾ ਹਾਲੇ ਕੰਮ ਦਾ ਕੰਮ ਚਲਾਉਣਾ ਕਿੰਨਾ ਕੁ ਮੁਸ਼ਕਲ ਆ ਬੜਾ ਆਖੋ ਕੀ ਮੰਗ ਕਰਦੇ ਹੋ ਸਰਕਾਰ ਨੂੰ ਹੁਣ ਇਹੋ ਮੰਗਿਆ ਕਿ ਰੇਤ ਚੱਲੇ ਤੇ ਕੰਮ ਚੱਲੇ ਮਜ਼ਦੂਰ ਸਾਰੇ ਮਿਸਤਰੀ ਵੇਲੇ ਕੰਮ ਚੱਲੇ ਰੇਤ ਚੱਲ ਜੇਗੀ ਉਹ ਇਹੋ ਮੰਗੇ ਸਰਕਾਰ ਅੱਗੇ ਵੀ ਰੇਤ ਚੱਲ ਜੇ ਸਾਡਾ ਕੰਮ ਚੱਲ ਪੇ ਸਾਰਾ ਠੀਕ ਹੈ ਤੁਸੀਂ ਵੇਖ ਰਹੇ ਹੋ ਕਿ ਜਿਹੜੇ ਮਿਸਤਰੀ ਤੇ ਕੁ ਮਜ਼ਦੂਰ ਜਿਹੜੇ ਖਾਸੇ ਮਜਬੂਰ ਨੇ ਕਿ ਕੰਮ ਨਹੀਂ ਮਿਲ ਰਿਹਾ ਰੇਤਾ ਨਾ ਮਿਲਣ ਕਰਕੇ ਜਿਹੜੀਆਂ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਘਰ ਵੀ ਚਲਾਉਣਾ ਮੁਸ਼ਕਲ ਹੋ ਚੁੱਕਾ ਆ ਸਾਡੇ ਨਾਲ ਮਕਾਨ ਮਾਲਕ ਵੀ ਮੌਜੂਦ ਨੇ ਜਿਨ੍ਹਾਂ ਨੂੰ ਕਿ ਮਕਾਨ ਬਣਾਉਣ ਲਈ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਰੇਤਾ ਨਾ ਮਿਲਣ ਕਰਕੇ ਹਾਂਜੀ ਭਾਜੀ ਕੀ ਨਾ ਆਏ ਜਪਲਾ ਮੇਰਾ ਨਾਮ ਕਾਬਿਲ ਸਿੰਘ ਸ਼ਾਹਪੁਰ ਆ ਜਿਹੜਾ ਪਿੱਛੇ ਪਲਾਟ ਆ ਤੁਸੀਂ ਵੇਖ ਰਹੇ ਹੋ ਪਲਾਟ ਜਿੱਥੇ ਆਪਾਂ ਮਕਾਨ ਬਣਾਉਣਾ ਸੀਗਾ ਤੇ ਰੇਤ ਜਿਹੜੀ ਆ ਉਹ ਬਿਲਕੁਲ ਹੀ ਨਹੀਂ ਮਿਲ ਰਹੀ ਔਰ ਇਵਨ ਮੈਂ ਤੁਹਾਨੂੰ ਇਸੇ ਤਰ੍ਹਾਂ ਕੇ ਦੱਸ ਦਵਾ ਵੀ ਅੱਜ ਹੀ ਕਿਸੇ ਬੰਦੇ ਨੂੰ ਰੇਤ ਦੀ ਲੋੜ ਪਈ ਤੇ 40 ਰੁਪਏ ਦਾ ਬਾਲਟਾ ਮਿਲਿਆ 40 ਰੁਪਏ ਦਾ ਇੱਕ ਬਾਲਟਾ ਰੇਤ ਦਾ ਜਿਹੜੀ ਰੇਤ ਇਸ ਤੇ ਰੁਲਦੀ ਫਿਰਦੀ ਹੁੰਦੀ ਸੀਗੀ ਸਾਡੀਆਂ ਆਪਣੀਆਂ ਪਹਲੀਆਂ ਚ ਸਾਡੀਆਂ ਆਪਣੀਆਂ ਜ਼ਮੀਨਾਂ ਚੋਂ ਰੇਤ ਨਿਕਲਦੀ ਸੀਗੀ ਇੱਕ ਚੀਜ਼ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਆਪ ਜੀ ਦੇ ਚੈਨਲ ਰਾਹੀਂ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਆ ਵੀ ਜਿਹੜੀ ਨਜਾਇਜ਼ ਮਾਈਨਿੰਗ ਹੁੰਦੀ ਸੀਗੀ ਦੋ ਨੰਬਰ ਚ ਰੇਤਾ ਸਾਰੀ ਨਿਕਲਦੀ ਸੀਗੀ ਲੋਕ ਸੱਜੇ ਖੱਬੇ ਕਮਾਈ ਕਰੀ ਜਾਂਦੇ ਸੀ ਅੰਨੇ ਵਾਏ ਪੈਸੇ ਕਮਾਈ ਜਾਂਦੇ ਸੀਗੇ ਉਸ ਚੀਜ਼ ਤੇ ਕੰਟਰੋਲ ਕੀਤਾ ਉਸ ਚੀਜ਼ ਨੂੰ ਉਹਦੇ ਨਾਲ ਅਸੀਂ ਸਰਕਾਰ ਦੀਆਂ ਪਾਲਿਸੀਆਂ ਦੇ ਨਾਲ ਬਿਲਕੁਲ ਸਹਿਮਤ ਹਾਂ ਪਰ ਸਰਕਾਰ ਨੂੰ ਕੋਈ ਐਸੀ ਪਾਲਿਸੀ ਲਿਓਣੀ ਚਾਹੀਦੀ ਆ ਜਿਹਦੇ ਨਾਲ ਜਿਹੜਾ ਨੂੰ ਜਿਹੜੇ ਜਿਨ੍ਹਾਂ ਨੇ ਬੈਡਿੰਗਾਂ ਬਣਾਉਣੀਆਂ ਨੇ ਜਿਨ੍ਹਾਂ ਨੂੰ ਰੇਤਾ ਦੀ ਲੋੜ ਆ ਉਹਨਾਂ ਨੂੰ ਤੰਗੀ ਨਾ ਆਵੇ ਉਹਨਾਂ ਨੂੰ ਜਿਹੜੀ ਚੀਜ਼ ਹੈ ਅਵੇਲੇਬਲ ਮਿਲੇ ਚੀਜ਼ ਹੁਣ ਮੈਨੂੰ ਇੱਥੇ ਪਲਾਟ ਸ਼ੁਰੂ ਕੀਤੇ ਨੂੰ ਤਕਰੀਬਨ ਡੇਢ ਮਹੀਨੇ ਦਾ ਲਗਭਗ ਸਮਾਂ ਹੋ ਗਿਆ ਆ ਤੇ ਇਹੋ ਹੀ ਵੇਖੇ ਜਾਂਦੇ ਆ ਕਿ ਰੇਤਾ ਦੀ ਕੋਈ ਪਾਲਿਸੀ ਬਣ ਜਾਨੀ ਆ ਰੇਤਾ ਮਿਲਣੀ ਸ਼ੁਰੂ ਹੋ ਜੂਗੀ ਤੇ ਫੇਰ ਹੀ ਸ਼ੁਰੂ ਕਰਾਂਗੇ ਆਸਤੇ ਆਸਤੇ ਕੰਮ ਕਰਨਾ ਹੈ ਹੁਣ ਮੈਂ ਇਹਦਾ ਜਿਹੜਾ ਉਹ ਕੰਮ ਰੋਕ ਦਿੱਤਾ ਮਿਸਤਰੀ ਹਟਾ ਦਿੱਤੇ ਆ ਬਾਹਰ ਸਟੇਟ ਤੋਂ ਬਾਹਰ ਦੀ ਰੇਤਾ ਹੁੰਦੀਆਂ ਸੀ ਉਹ ਨਹੀਂ ਵਰਤਦੇ ਤੁਸੀਂ ਇਹ ਗੱਲ ਸਟੇਟ ਤੋਂ ਬਾਹਰ ਜਿਹੜੀ ਰੇਤਾ ਹੁੰਦੀ ਆ ਉਹ ਰੇਤਾ ਪਹਿਲਾਂ ਆਪਾਂ ਨੂੰ ਮਿਲਦਾ ਸੀਗਾ 28-29 ਹਜ਼ਾਰ ਦਾ ਟੱਪਰ ਹੁਣ ਮਿਲਦਾ 63 ਹਜ਼ਾਰ ਦਾ ਟੱਪਰ ਕਿਵੇਂ ਵਰਤਾਂਗੇ ਆਪਾਂ ਰੇਤਾ ਵਰਤਾਂਗੇ ਸੀਮੈਂਟ ਲਾਵਾਂਗੇ ਕਿਹੜੀ ਚੀਜ਼ ਲਾਵਾਂਗੇ ਰੇਤਾ ਦੇ ਇੰਨੇ ਜਿਆਦਾ ਮਹਿੰਗੀ ਹੋ ਗਈ ਇਹ ਸੋਨੇ ਦੇ ਭਾਰੇ ਤਾਂ ਮਿਲਦੇ ਵੀ ਆ ਇਨਾਂ ਦੇ ਮਹਿੰਗਾ ਸੋਨਾ ਵੀ ਨਹੀਂ ਗਾ ਜਿੰਨੀ ਮਹਿੰਗੀ ਰੇਤਾ ਕੀ ਮੈਂ ਤੁਹਾਨੂੰ ਦੱਸ ਚੁੱਕਾ 40 ਰੁਪਏ ਦਾ ਕਬਾਲਟਾ ਕੀ ਕੀ ਮੰਗ ਕਰੋਗੇ ਸਰਕਾਰ ਕੋ ਕੀ ਮੰਗ ਕਰੋਗੇ ਕਿਉਂਕਿ ਜੇ ਰੇਤਾ ਨਹੀਂ ਚਲਦੀ ਤਾਂ ਬਿਲਡਿੰਗਾਂ ਨਹੀਂ ਬਣਨਗੀਆਂ ਲੋਕਾਂ ਦੇ ਘਰ ਨਹੀਂ ਬਣਗੇ ਕੀ ਮੰਗ ਕਰਦੇ ਸਰਕਾਰ ਕੋ ਨਹੀਂ ਮੈਂ ਤੇ ਸਰਕਾਰ ਕੋ ਇਹ ਮੰਗ ਕਰੂੰਗਾ ਵੇਖੋ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਗਤਮਾਨ ਦੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਆ ਔਰ ਇਹ ਵੀ ਕੰਮ ਜਿਹੜਾ ਰੇਤਾ ਬੰਦ ਹੋਈ ਆ ਇਹ ਵੀ ਇਹ ਬਹੁਤ ਵਧੀਆ ਕੰਮ ਹੈ ਤੇ ਵਿਰੋਧ ਨਹੀਂ ਅਸੀਂ ਇਹਦੇ ਹੱਕ 'ਚ ਆਂ ਭਈ ਇਹ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਉਹ ਬੰਦ ਹੋਣੀ ਚਾਹੀਦੀ ਆ ਅਰਹੀਂ ਇਸ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਇਹਦੀ ਕੋਈ ਵਧੀਆ ਪਾਲਿਸੀ ਬਣਾ ਕੇ ਜਲਦੀ ਤੋਂ ਜਲਦੀ ਪਾਲਿਸੀ ਲਾਂਦੀ ਜਾਵੇ ਜਿਹੜੀ ਜਿਹੜੇ ਲੋਕ ਬਿਲਡਿੰਗਾਂ ਬਣਾਉਂਦੇ ਆ ਜਿਨ੍ਹਾਂ ਨੇ ਆਪਣੇ ਘਰ-ਬਾਰ ਬਣਾਉਣੇ ਆ ਜਾਂ ਹੋਰ ਡਵੈਲਪਮੈਂਟ ਦੇ ਕੰਮ ਵਿੱਚ ਗਲੀਆਂ ਨਾਲੀਆਂ ਕਿਤੇ ਵੀ ਬਣਣੀਆਂ ਰੇਤਾ ਹਰਥਾ ਯੂਜ਼ ਹੋਣੀ ਆ ਸੋ ਇਸ ਕਰਕੇ ਮੈਂ ਇਸ ਸਰਕਾਰ ਤੋਂ ਇਹ ਮੰਗ ਕਰਦਾ ਵੀ ਇਹਦੀ ਕੋਈ ਵਧੀਆ ਪਾਲਿਸੀ ਬਣਾ ਕੇ ਤੇ ਬਹੁਤ ਜਲਦੀ ਇਹਦੀ ਪਾਲਿਸੀ ਬਣਾ ਕੇ ਤੇ ਜਿਹੜੀ ਇਹ ਕੋਈ ਵਧੀਆ ਪਾਲਿਸੀ ਲਾਂਦੀ ਜਾਵੇ ਤਾਂ ਕਿ ਲੋਕਾਂ ਨੂੰ ਜਿਨ੍ਹਾਂ ਨੂੰ ਰੇਤਾ ਦੀ ਲੋੜ ਆ ਉਹਨਾਂ ਨੂੰ ਵਧੀਆ ਸਹੀ ਰੇਟ ਦੇ ਉੱਤੇ ਜਿਹੜੀ ਆ ਸਸਤੇ ਭਾਅ ਦੇ ਵਿੱਚ ਰੇਤ ਮਿਲ ਸਕੇ ਠੀਕ ਹੈ ਤੁਸੀਂ ਵੇਖ ਰਹੇ ਹੋ ਕਿ ਜਿੱਥੇ ਲਿਵਰਾ ਪ੍ਰੇਸ਼ਾਨ ਹੋ ਰਹੀਆਂ ਨੇ ਮਿਸਤਰੀ ਪਰੇਸ਼ਾਨ ਹੋ ਰਹੇ ਨੇ ਉੱਥੇ ਜਿਹੜੇ ਬਿਲਡਿੰਗਾਂ ਦੇ ਮਾਲਕ ਨੇ ਉਹ ਵੀ ਪਰੇਸ਼ਾਨ ਹੋ ਰਹੇ ਨੇ ਕਿ ਰੇਤਾ ਨਾ ਮਿਲਣ ਕਰਕੇ ਜਿਹੜੇ ਮਕਾਨ ਨਹੀਂ ਬਣਦੇ ਨਜ਼ਰ ਆ ਰਹੇ ਜੇ ਰੇਤਾ ਮਿਲ ਰਹੀ ਹੈ ਤੇ ਬੜੇ ਮਹਿੰਗੇ ਭਾਜ ਮਿਲ ਰਹੀ ਹੈ ਉਹਨਾਂ ਨੇ ਦੱਸਿਆ ਕਿ ਸੋਨੇ ਦੇ ਭਾਜ ਰੇਤਾ ਮਿਲ ਰਹੀ ਹੈ ਅਸੀਂ ਰੇਤਾ ਲਗਾ ਨਹੀਂ ਸਕਦੇ ਸੀਮੈਂਟ ਲਗਾਈਏ ਕਿ ਰੇਤਾ ਲਗਾਈਏ ਵੱਡੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਪਰ ਆਉਣ ਵਾਲੇ ਸਮੇਂ ਹੀ ਦੇਖਦੇ ਹਾਂ ਕਿ ਕਦ ਤੱਕ ਸਰਕਾਰ ਜਿਹੜੀ ਪਾਲਿਸੀ ਲੈਂਦੀ ਆ ਤੇ ਰੇਤਾ ਚੱਲਦੀ ਆ ਤੇ ਲੋਕ ਜਿਹੜੇ ਨੇ ਆਪਣੇ ਮਕਾਨ ਬਣਾ ਪਾਉਂਦੇ ਨੇ ਬਾਕ ਅਸੀਂ ਤੁਹਾਨੂੰ ਨਵੀਂ ਤੋਂ ਨਵੀਂ ਰਿਪੋਰਟ ਦਿੰਦੇ ਰਵਾਂਗੇ ਇੰਡੀਅਨ ਨਿਊਜ਼ ਪੰਜਾਬ ਦੇ ਲਈ ਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ